ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਖੁਸ਼ਪੂ ਅੱਜ 31 ਦਸੰਬਰ ਹੈ 2022 ਖਤਮ ਹੋਣ ਵਾਲਾ ਹੈ ਯਾਨੀ ਕਿ ਕੱਲ ਨਵਾਂ ਸਾਲ 2023 ਦਾ ਆਗਾਜ਼ ਹੋਏਗਾ ਪਰ ਉਸ ਤੋਂ ਪਹਿਲਾਂ ਇੱਕ ਖਬਰ ਤੁਹਾਡੇ ਲਈ ਬੇहद ਜ਼ਰੂਰੀ ਹੈ ਕਿਉਂਕਿ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਲਈ ਨਵੇਂ ਸਾਲ ਦੇ ਜਸ਼ਨ ਦੇ ਲਈ ਹੁਣ ਪੰਜਾਬ ਪੁਲਿਸ ਸਖਤੀ ਦੇ ਵਿੱਚ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਨੂੰ ਲੈ ਕੇ ਜੋ ਸ਼ਰਾਰਤੀ ਅੰਸਰ ਨੇ ਜੋ ਬਦਮਾਸ਼ ਨੇ ਉਹਨਾਂ ਨੂੰ ਦਬੋਚਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਪੁਲਿਸ ਤਿਆਰ ਤਿਆਰ ਹੈ ਤਾਂ ਥਾਂ ਥਾਂ ਤੇ ਹਰ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਨਿਊ ਇਅਰ ਦੇ ਵੈਲਕਮ ਦੇ ਲਈ ਹਰ ਕੋਈ ਜਿੱਥੇ ਐਕਸਾਈਟਿਡ ਹੈ ਉੱਥੇ ਹੀ ਇਸ ਸੈਲੀਬ੍ਰੇਸ਼ਨ ਦੇ ਲਈ ਜੋ ਲੋਕ ਇਸ ਸੈਲੀਬ੍ਰੇਸ਼ਨ ਨੂੰ ਖਰਾਬ ਕਰਨਗੇ ਉਹਨਾਂ ਦੇ ਲਈ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਸੀਪੀ ਨੇ ਸੁਰੱਖਿਆ ਪ੍ਰਬੰਧ ਪੁਖਤਾ ਕਰ ਦਿੱਤੇ ਨੇ ਸੁਰੱਖਿਆ ਦੇ ਮੱਦੇਨਜ਼ਰ ਬਾਹਰੀ ਸੀਮਾ ਦੇ ਨਾਲ ਲੱਗਦੇ ਅੰਦਰੂਨੀ ਖੇਤਰਾਂ ਤੱਕ ਨਾਕੇਬੰਦੀ ਚੈਕਿੰਗ ਪੈਟਰੋਲਿੰਗ ਤੇ ਪੀਸੀਆਰ ਦੀ ਮੂਵਮੈਂਟ ਦੇ ਲਈ ਪੂਰੀ ਤਿਆਰੀ ਕਰ ਲਈ ਗਈ ਹੈ ਵਕਵਾਕ ਸ਼ਹਿਰਤ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੰਜਾਬ ਦੇ ਕਿ ਕਿਸ ਤਰੀਕੇ ਦੇ ਨਾਲ ਨਾਕਾਬੰਦੀ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਪੁਲਿਸ ਜੋ ਹੈ ਪੂਰੀ ਤਿਆਰ ਹੈ ਪੰਜਾਬ ਡੀਜੀਪੀ ਦੇ ਆਦੇਸ਼ਾਂ ਦੇ ਮੁਤਾਬਕ ਹੁੱਲੜਬਾਜੀ ਕਰਨ ਵਾਲਿਆਂ ਤੇ ਪੁਲਿਸ ਦੀ ਪੂਰੀ ਸਖਤੀ ਰਹੇਗੀ 31 ਦਸੰਬਰ ਦੀ ਰਾਤ ਨੂੰ ਤਾਂ ਪੁਲਿਸ ਕਰਮੀ ਸੜਕਾਂ ਤੇ ਐਲਕੋ ਸੈਂਸਰ ਲੈ ਕੇ ਖੜੇ ਹੋਏ ਨੇ ਰਾਜ ਜੁਨੇ ਰਾਜ ਪੁਲਿਸ ਚਲਾਨ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਹਰ ਜ਼ਿਲ੍ਹੇ ਦੇ ਐਸਐਸਪੀ ਸੀਪੀ ਨੇ ਸੁਰੱਖਿਆ ਦੇ ਮੱਦੇ ਨਜ਼ਰ ਜੋ ਜ਼ਿਲ੍ਹੇ ਦੇ ਜੋ ਇਲਾਕੇ ਦੇ ਐਸਐਚਓ ਨੇ ਉਹਨਾਂ ਦੇ નેਤਰਤਵ ਦੇ ਵਿੱਚ ਪੁਲਿਸ ਟੀਮਾਂ ਨੂੰ ਅਲਰਟ ਤੇ ਰੱਖਿਆ ਤਾਂਕਿ ਸਾਲ ਜਾਂਦੇ ਜਾਂਦੇ ਕੋਈ ਵੀ ਬੁਰੀ ਘਟਨਾ ਨਾ ਹੋ ਸਕੇ ਪੰਜਾਬ ਪੁਲਿਸ ਆਪਣੇ ਅਧੀਨ ਆਉਣ ਵਾਲੇ ਛੋਟੀਆਂ ਵੱਡੀਆਂ ਮਾਰਕੀਟਾਂ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਹੈ ਤਰਕਤਾ ਦੇ ਲਿਹਾਜ਼ ਤੋਂ ਬੀਟ ਦੇ ਪੁਲਿਸ ਕਰਮੀ ਤੇ ਪੈਟਰੋਲਿੰਗ ਟੀਮਾਂ ਤੋਂ ਇਲਾਵਾ ਸੁਪਰਵਾਈਜ਼ਨ ਕਾਰਜਕਾਰੀ ਵੀ ਦੁਕਾਨਦਾਰਾਂ ਤੇ ਮਾਰਕੀਟ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਬਣਾਏ ਹੋਏ ਨੇ ਕਈ ਥਾਵਾਂ ਤੇ ਸੁਰੱਖਿਆ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਸਤਰਕ ਰਹਿਣ ਦੇ ਲਈ ਵੀ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੇ ਬਾਰਡਰ ਏਰੀਆ ਤੇ ਐhtਿਆਤੀ ਕਦਮ ਚੁੱਕੇ ਨੇ ਐਲਕੋ ਸੈਂਸਰ ਤੋਂ ਵਾਹਨ ਚਾਲਕਾਂ ਦੇ ਟੈਸਟ ਤੋਂ ਇਲਾਵਾ ਗੱਡੀਆਂ ਦੇ ਪੇਪਰਸ ਤੇ ਹੋਰ ਜੇਕਰ ਕਿਸੇ ਤੇ ਸ਼ੱਕ ਪੈਂਦਾ ਜਿਹੜੇ ਲੋਕੀ ਸ਼ੱਕੀ ਨੇ ਉਨਾਤੇ ਉਹਨਾਂ ਲੋਕਾਂ ਤੋਂ 30 ਦਸੰਬਰ ਦੀ ਰਾਤ ਤੋਂ ਹੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਪੂਰੀ ਪੰਜਾਬ ਪੁਲਿਸ ਸੜਕਾਂ ਤੇ ਮੁਸਤੈਦ ਹੈ ਤਾਂ ਕਿ ਸਾਲ 2021 ਦਾ ਜੋ ਵੈਲਕਮ ਜਿਸ ਤਰੀਕੇ ਦੇ ਨਾਲ ਸ਼ਾਂਤ ਤਰੀਕੇ ਦੇ ਨਾਲ ਸ਼ਾਨਦਾਰ ਤਰੀਕੇ ਦੇ ਨਾਲ ਹੋਇਆ ਸੀ ਉਸੇ ਤਰੀਕੇ ਦੇ ਨਾਲ ਜੋ 2000 ਸਾਲ 2022 ਹੈ ਉਸ ਨੂੰ ਵੀ ਬਾਏ ਬਾਏ ਕੀਤਾ ਜਾਏ ਸ਼ਾਂਤਮਈ ਤਰੀਕੇ ਦੇ ਨਾਲ ਤਾਂ ਪੁਲਿਸ ਐਲਕੋ ਸੈਂਸਰ ਲੈ ਕੇ ਖੜੀ ਹੈ ਯਾਨੀ ਕਿ ਸੜਕਾਂ ਤੇ ਜੇਕਰ ਤੁਸੀਂ ਡਰੰਕਨ ਡਰਾਈਵ ਕਰ ਰਹੇ ਹੋ ਤਾਂ ਇਹ ਚੀਜ਼ ਨੂੰ ਤੁਸੀਂ ਪਹਿਲਾਂ ਹੀ ਛੱਡ ਦਿਓ ਜੇ सेलिब्रेशन ਕਰ ਰਹੇ ਹੋ ਤਾਂ ਪੂਰੀ ਤਰ੍ਹਾਂ ਦੇ ਨਾਲ ਸੇਫਟੀ ਦੇ ਨਾਲ ਕਰੋ ਕਿਉਂਕਿ ਪੁਲਿਸ ਹੁਣ ਬਿਲਕੁਲ ਵੀ ਰਾਇਤ ਨਹੀਂ ਬਖਸ਼ੇਗੀ ਪੁਲਿਸ ਹੁਣ ਸਖਤੀ ਦੇ ਵਿੱਚ ਨਜ਼ਰ ਆ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਥਾਂ-ਥਾਂ ਦੇ ਨਾਕਾਬੰਦੀ ਕਰ ਦਿੱਤੀ ਗਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਪੰਜਾਬ ਦੇ ਵਕ-ਵਕ ਥਾਵਾਂ ਤੋਂ ਮਣੀ ਆਈਆਂ ਨੇ ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਦਾ ਰੁਖ ਕਰਵਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਹੈ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਕੋਈ ਸਸਪੀਸ਼ੀਅਸ ਪਰਸਨ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਜ਼ਰ ਆਉਂਦੀ ਹੈ ਤਾਂ ਇਮੀਡੀਏਟਲੀ ਜੜੀ ਹੈ ਸਾਡੇ ਧਿਆਨ ਵਿੱਚ ਲਿਆਈ ਜਾਵੇ ਸਾਡੇ ਹੈਲਪਲਾਈਨ ਨੰਬਰ ਹੈ ਸਾਡੇ ਕੰਟਰੋਲ ਰੂਮ ਦੇ ਨੰਬਰ ਹੈ ਉੱਥੇ ਜੜੀ ਉਹ ਜਾਣਕਾਰੀ ਦਿੱਤੀ ਜਾਵੇ ਜੀ ਮੇਰਾ ਪੋਜੀਸ਼ਨ ਹੈ ਆਰੇ ਸਾਰੀ ਜਗ੍ਹਾ ਅੱਗੇ ਵੀ ਜਿਹੜਾ ਤੁਹਾਨੂੰ ਅੱਜ ਹੁਣ ਕੀਤਾ ਏ ਉਹ ਕੰਮ ਸਾਰੀ